ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਕਿਡਨੈਪਿੰਗ ਦਾ ਅੱਡਾ ਬਣ ਗਿਆ ਏ। ਮੌਜੂਦਾ ਸਰਕਾਰ ਦੇ ਰਾਜ 'ਚ 3138 ਲੋਕ ਅਗਵਾ ਹੋਏ ਨੇ। ਵਧੇਰੇ ਅਗਵਾ ਮਾਮਲਿਆਂ ਦੇ ਵਿੱਚ ਫਰੌਤੀ ਦੀ ਮੰਗ ਕੀਤੀ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਕਰ ਅਸੀਂ ਇਹਨਾਂ ਅੰਕੜਿਆਂ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਤਾਂ ਇਸ ਸਮੇਂ ਪੰਜਾਬ ਦੇ ਵਿੱਚ 10 ਲੋਕ ਰੋਜ਼ ਅਗਵਾ ਹੋ ਰਹੇ ਨੇ। 2017 ਤੋਂ ਬਾਅਦ ਜਦੋਂ ਪੰਜਾਬ ਦੀ ਸੱਤਾ ਦੇ ਉੱਪਰ ਕਾਂਗਰਸ ਕਾਬਜ਼ ਹੋਈ ਹੈ ਤਾਂ ਪੰਜਾਬ ਦੇ ਵਿੱਚ ਅਗਵਾ ਕਰਨ ਦੇ ਮਾਮਲਿਆਂ ਦੇ ਵਿੱਚ ਤੇਜ਼ੀ ਆਈ ਹੈ, ਭਾਵ ਕਿ ਪੰਜਾਬ ਦੇ ਵਿੱਚ ਕਿਡਨੈਪਿੰਗ ਦੇ ਮਾਮਲਿਆਂ ਦੇ ਵਿੱਚ ਤੇਜ਼ੀ ਆਈ ਹੈ। ਇਸ ਸਰਕਾਰ ਦੇ ਬੀਤੇ 4 ਸਾਲਾਂ ਅਤੇ 3 ਮਹੀਨਿਆਂ ਦੇ ਵਿੱਚ 3138 ਲੋਕ ਅਗਵਾ ਹੋਏ ਨੇ ਅਤੇ ਇਹਨਾਂ ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਹਰ ਰੋਜ਼ 5 ਕੇਸ ਦਰਜ ਹੋ ਰਹੇ ਨੇ ਅਗਵਾ ਦੇ ਨਾਲ ਸੰਬੰਧਿਤ। ਜੇਕਰ ਗੱਲ ਕਰਦੇ ਹਾਂ ਇਸ ਸਾਲ ਦੇ ਸ਼ੁਰੂਆਤੀ 3 ਮਹੀਨਿਆਂ ਤਾਂ ਇਹ ਅੰਕੜੇ ਹੋਰ ਵੀ ਖਤਰਨਾਕ ਹੋ ਜਾਂਦੇ ਨੇ। ਇਹਨਾਂ ਸ਼ੁਰੂਆਤੀ 3 ਮਹੀਨਿਆਂ ਦੇ ਵਿੱਚ 910 ਲੋਕਾਂ ਨੂੰ ਅਗਵਾ ਕੀਤਾ ਗਿਆ ਹੈ ਅਤੇ ਇਸ ਮੁਤਾਬਕ ਹੁਣ ਇਸ ਸਮੇਂ ਪੰਜਾਬ ਦੇ ਵਿੱਚ ਹਰ ਰੋਜ਼ 10 ਲੋਕਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਅਤੇ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਅਕਾਲੀ ਭਾਜਪਾ ਸਰਕਾਰ ਨੂੰ ਕਾਂਗਰਸ ਦੇ ਵੱਲੋਂ ਇਸ ਮੁੱਦੇ 'ਤੇ ਅਕਸਰ ਹੀ ਘੇਰਿਆ ਜਾਂਦਾ ਸੀ ਅਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਗਿਆ ਸੀ, ਜੇਕਰ ਅਸੀਂ ਸੱਤਾ ਦੇ ਵਿੱਚ ਆਉਂਦੇ ਹਾਂ ਤਾਂ ਪੰਜਾਬ ਦੇ ਵਿੱਚ ਅਗਵਾ ਕਰਨ ਦੇ ਮਾਮਲਿਆਂ ਦੇ ਵਿੱਚ ਕਮੀ ਆਵੇਗੀ ਅਤੇ ਅਸੀਂ ਇਸ ਦੇ ਉੱਪਰ ਨਕੇਲ ਕਸਾਂਗੇ। ਪਰ ਹੁਣ ਫਿਰ ਪੰਜਾਬ ਦੇ ਵਿੱਚ ਅਗਵਾ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਨੇ। ਦਿਲਚਸਪ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਵੀ ਅਗਵਾ ਕਰਨ ਦੇ ਮਾਮਲਿਆਂ ਤੋਂ ਬਚਿਆ ਨਹੀਂ। ਅਗਵਾ ਕਰਨ ਦੇ ਮਾਮਲਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਪਟਿਆਲਾ 5ਵੇਂ ਨੰਬਰ 'ਤੇ ਹੈ ਅਤੇ ਮੋਹਾਲੀ ਇਸ ਦਰਜੇ ਦੇ ਵਿੱਚ 4ਵੇਂ ਨੰਬਰ 'ਤੇ ਹੈ। ਜੇਕਰ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣੇ ਤਾਂ ਲੁਧਿਆਣਾ ਵੀ ਅਗਵਾ ਕਰਨ ਦੇ ਮਾਮਲਿਆਂ ਦੇ ਵਿੱਚ ਪਹਿਲੇ ਨੰਬਰ 'ਤੇ ਹੈ। ਇਸ ਤਰ੍ਹਾਂ ਅੰਮ੍ਰਿਤਸਰ ਦੂਸਰੇ ਨੰਬਰ 'ਤੇ ਅਤੇ ਜਲੰਧਰ 3ਵੇਂ ਨੰਬਰ 'ਤੇ ਹੈ। ਅਗਵਾ ਕਰਨ ਦੇ ਮਾਮਲੇ ਸ਼ਹਿਰੀ ਜ਼ਿਲ੍ਹਿਆਂ ਤੋਂ ਜ਼ਿਆਦਾ ਆ ਰਹੇ ਨੇ, ਜਿਵੇਂ ਅੰਮ੍ਰਿਤਸਰ, ਮੋਹਾਲੀ, ਜਲੰਧਰ ਅਤੇ ਲੁਧਿਆਣਾ। ਖੇਤਰੀ ਜ਼ਿਲ੍ਹਿਆਂ ਦੇ ਵਿੱਚੋਂ ਭਾਵ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੇਂਡੂ ਜ਼ਿਆਦਾ ਗਿਣਤੀ ਹੈ ਉੱਥੇ ਅਗਵਾ ਕਰਨ ਦੇ ਮਾਮਲੇ ਜ਼ਿਆਦਾ ਨਹੀਂ। ਪੰਜਾਬ ਪੁਲਿਸ ਦੇ ਹੱਥ ਵੀ ਅਗਵਾ ਕਰਨ ਦੇ ਮਾਮਲਿਆਂ ਦੇ ਵਿੱਚ ਖਾਲੀ ਨੇ। ਅਜਿਹੀਆਂ ਹੋਰ ਰਿਪੋਰਟਾਂ ਦੇ ਲਈ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।